ਦੋਸਤੋ, ਇਸ ਦੁਨੀਆ ਵਿੱਚ ਹਰੇਕ ਇਨਸਾਨ ਆਪਣੀ ਰੇਖਾ ਖਿੱਚ ਰਿਹਾ ਹੈ, ਕੋਈ ਆਪਣੇ ਲਈ, ਕੋਈ ਦੂਸਰਿਆਂ ਲਈ। ਪਰ ਸੱਚਮੁੱਚ ਵੱਡੇ ਲੋਕ ਉਹ ਹੁੰਦੇ ਨੇ ਜਿਹੜੇ ਆਪਣੇ ਜੀਵਨ ਨੂੰ ਹੋਰਾਂ ਲਈ ਸਮਰਪਿਤ ਕਰਦੇ ਨੇ। ਕਿਸੇ ਵੀ ਕਹਾਣੀ ਦੇ ਹਰੇਕ ਪਲ ਦੇ ਪਿੱਛੇ ਕੁਝ ਅਣਸੁਣੇ ਰਾਜ ਛੁਪੇ ਹੁੰਦੇ ਨੇ, ਉਹ ਰਾਜ ਜੋ ਸਿਰਫ ਉਹਨਾਂ ਲਈ ਖੁੱਲ੍ਹਦੇ ਨੇ ਜਿਨ੍ਹਾਂ ਵਿੱਚ ਉਤਸੁਕਤਾ ਅਤੇ ਸੱਚ ਨੂੰ ਜਾਣਨ ਦੀ ਲਾਲਸਾ ਹੁੰਦੀ ਹੈ। ਜੀਵਨ ਵਿੱਚ ਕੁਝ ਕਿਰਦਾਰ ਐਸੇ ਹੁੰਦੇ ਨੇ ਜੋ ਸਾਡੇ ਸਾਹਮਣੇ ਆਮ ਦਿਖਾਈ ਦਿੰਦੇ ਨੇ, ਪਰ ਉਹਨਾਂ ਦੀਆਂ ਗੱਲਾਂ ਅਤੇ ਅਮਲ ਸਾਡੇ ਵਿਚਾਰਾਂ ਨੂੰ ਬਦਲ ਸਕਦੇ ਨੇ। ਇਸ ਕਹਾਣੀ ਵਿੱਚ ਇੱਕ ਅਜਿਹਾ ਮੋੜ ਹੈ ਜੋ ਤੁਹਾਨੂੰ ਹਰ ਪਲ ਹੈਰਾਨ ਕਰੇਗਾ। ਇੱਕ ਗੁਪਤ ਵਿਅਕਤੀ ਜੋ ਲੋਕਾਂ ਦੇ ਚਿਹਰਿਆਂ 'ਤੇ ਹਾਸੇ ਲਿਆਉਣ ਲਈ ਜਾਨ ਲਗਾ ਦਿੰਦਾ ਹੈ, ਪਰ ਆਪਣੇ ਨਾਮ ਅਤੇ ਹਸਤੀ ਨੂੰ ਗੁੰਮਨਾਮ ਰੱਖਦਾ ਹੈ। ਇਹ ਕਹਾਣੀ ਸਿਰਫ ਇੱਕ ਹਾਦਸੇ ਦੀ ਨਹੀਂ ਹੈ, ਸਗੋਂ ਇਹ ਯਕੀਨ, ਆਸਥਾ ਅਤੇ ਨਿਰਭਰਤਾ ਦੀ ਮਿਸਾਲ ਹੈ। ਹੁਣ ਦੇਖਣਾ ਇਹ ਹੈ ਕਿ ਸੱਚ ਦਾ ਇਹ ਪਰਦਾ ਕਦੋਂ ਉੱਠਦਾ ਹੈ। ਕੀ ਤੁਸੀਂ ਇਸ ਕਹਾਣੀ ਦੇ ਅਖੀਰ ਤੱਕ ਪਹੁੰਚ ਕੇ ਉਸ ਦੇ ਅਰਥ ਨੂੰ ਸਮਝ ਸਕੋਗੇ? ਤਾਂ ਚਲੋ ਸਫ਼ਰ ਸ਼ੁਰੂ ਕਰਦੇ ਹਾਂ। ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ, ਬਗਦਾਦ ਦਾ ਇੱਕ ਚੁਰਾਹਾ ਜਿੱਥੇ ਸ਼ਹਿਰ ਦਾ ਗਰੀਬ ਗੁਰਬਾ ਅਤੇ ਦਿਹਾੜੀਦਾਰ ਮਜ਼ਦੂਰ ਵਰਗ ਆਪਣੇ ਪਰਿਵਾਰ ਦੀ ਭੁੱਖ ਮਿਟਾਉਣ ਲਈ ਇਕੱਠਾ ਹੁੰਦਾ ਸੀ। ਇਸੇ ਸ਼ਹਿਰ ਬਗਦਾਦ ਵਿੱਚ ਇੱਕ ਅਮੀਰ ਸ਼ਖਸ ਰਹਿੰਦਾ ਸੀ ਜਿਹਦਾ ਨਾਮ ਹਾਸ਼ਮ ਸੀ। ਹਾਸ਼ਮ ਨੂੰ ਵਕਤ ਵਕਤ 'ਤੇ ਕੰਮ ਕਰਾਉਣ ਲਈ ਕਿਸੇ ਨਾ ਕਿਸੇ ਮਜ਼ਦੂਰ ਦੀ ਲੋੜ ਰਹਿੰਦੀ ਹੀ ਸੀ। ਇੱਕ ਦਿਨ ਹਾਸ਼ਮ ਇਸੇ ਇਰਾਦੇ ਨਾਲ ਚੁਰਾਹੇ 'ਤੇ ਪਹੁੰਚਿਆ ਕਿ ਕੋਈ ਮਜ਼ਦੂਰ ਮਿਲ ਜਾਵੇ ਜਿਸ ਨਾਲ ਉਹ ਅੱਜ ਦਾ ਕੰਮ ਕਰਵਾ ਸਕੇ। ਚੁਰਾਹੇ 'ਤੇ ਮਜ਼ਦੂਰਾਂ ਦੀ ਲੱਗੀ ਭੀੜ ਇਸ ਤਰ੍ਹਾਂ ਇੱਕ ਪਾਸੇ ਤੋਂ ਦੂਜੇ ਪਾਸੇ 'ਤੇ ਜਾ ਰਹੀ ਸੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਹੋਣ ਜੋ ਬਾਰ ਬਾਰ ਕਿਨਾਰੇ ਨਾਲ ਆ ਕੇ ਟਕਰਾਉਂਦੀਆਂ ਨੇ ਅਤੇ ਫਿਰ ਮੁੜ ਜਾਂਦੀਆਂ ਨੇ। ਜਿਵੇਂ ਹੀ ਕੋਈ ਦੌਲਤਮੰਦ ਕਿਸੇ ਮਜ਼ਦੂਰ ਦੀ ਭਾਲ ਵਿੱਚ ਆਉਂਦਾ, ਚੁਰਾਹੇ ਤੋਂ ਇੱਕ ਤੋਂ ਵੱਧ ਇੱਕ ਉੱਚੀ ਆਵਾਜ਼ ਆਉਂਦੀ ਕਿ ਜਨਾਬ ਮੈਂ ਹਾਜ਼ਰ ਹਾਂ, ਮੈਂ ਹਾਜ਼ਰ ਹਾਂ। ਹਾਸ਼ਮ ਨੂੰ ਚੁਰਾਹੇ ਉੱਪਰ ਮਜ਼ਦੂਰਾਂ ਦੀ ਹਾਲਤ ਉੱਤੇ ਬੜਾ ਤਰਸ ਆਇਆ, ਪਰ ਨਾਲ ਹੀ ਉਸਨੂੰ ਹੈਰਾਨੀ ਵੀ ਹੋਈ ਕਿਉਂਕਿ ਮਜ਼ਦੂਰਾਂ ਦੀ ਇਸ ਭੀੜ ਵਿੱਚ ਇੱਕ ਐਸਾ ਮਜ਼ਦੂਰ ਸੀ ਜੋ ਬਿਲਕੁਲ ਚੁੱਪ ਚਾਪ ਇੱਕੋ ਥਾਂ 'ਤੇ ਬੈਠਾ ਹੋਇਆ ਸੀ। ਚਿਹਰੇ ਤੋਂ ਲੱਗਦਾ ਸੀ ਕਿ ਉਸਨੂੰ ਪੂਰਾ ਯਕੀਨ ਹੋਵੇ ਕਿ ਉਸ ਤੋਂ ਕੰਮ ਕਰਾਉਣ ਵਾਲਾ ਮਾਲਕ ਖੁਦ ਉਹਦੇ ਕੋਲ ਆਵੇਗਾ। ਹਾਸ਼ਮ ਸਿੱਧਾ ਉਸ ਨੌਜਵਾਨ ਦੇ ਕੋਲ ਗਿਆ ਅਤੇ ਕਹਿਣ ਲੱਗਾ ਕਿ ਤੈਨੂੰ ਕੰਮ ਦੀ ਲੋੜ ਹੈ? ਨੌਜਵਾਨ ਨੇ ਕਿਹਾ, ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ। ਜੇ ਮੈਂ ਇਸ ਚੁਰਾਹੇ 'ਤੇ ਬੈਠਾ ਵਾਂ ਤਾਂ ਕੰਮ ਲਈ ਹੀ ਬੈਠਾ ਵਾਂ, ਪਰ ਮੈਂ ਦਿਹਾੜੀ ਦੇ 50 ਰੁਪਏ ਲਵਾਂਗਾ, ਕੀ ਤੁਹਾਨੂੰ ਮਨਜ਼ੂਰ ਹੈ? ਹਾਸ਼ਮ ਹੈਰਾਨ ਹੋ ਕੇ ਬੋਲਿਆ, ਕੀ 50 ਰੁਪਏ? ਇਹ ਤਾਂ ਬਹੁਤ ਜ਼ਿਆਦਾ ਹੈ, ਬਾਕੀ ਮਜ਼ਦੂਰ ਤਾਂ ਸਿਰਫ 10 ਰੁਪਏ ਹੀ ਲੈਂਦੇ ਨੇ, ਆਖਰ ਤੂੰ ਐਸਾ ਕੀ ਕਰਦਾ ਹੈ ਜਿਹਦੇ ਲਈ ਮੈਂ ਤੈਨੂੰ 50 ਰੁਪਏ ਦੇ ਦਿਆਂ? ਨੌਜਵਾਨ ਬੋਲਿਆ, ਜੇ ਤੁਹਾਨੂੰ ਮਨਜ਼ੂਰ ਨਹੀਂ ਤਾਂ 10 ਰੁਪਏ ਵਾਲੇ ਮਜ਼ਦੂਰਾਂ ਦੀ ਭੀੜ ਲੱਗੀ ਹੋਈ ਹੈ, ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਲੈ ਜਾਓ। ਹਾਸ਼ਮ ਨੂੰ ਬਹੁਤ ਹੈਰਾਨੀ ਹੋਈ, ਫਿਰ ਉਹ ਕੁਝ ਸੋਚ ਕੇ ਕਹਿਣ ਲੱਗਾ, ਚੱਲ ਠੀਕ ਹੈ, ਮੈਨੂੰ ਮਨਜ਼ੂਰ ਹੈ। ਤਾਂ ਨੌਜਵਾਨ ਬੋਲਿਆ, ਜ਼ਰਾ ਰੁਕੋ, ਮੇਰੀਆਂ ਕੁਝ ਸ਼ਰਤਾਂ ਵੀ ਨੇ, ਉਹਨਾਂ ਦੇ ਬਗੈਰ ਮੈਂ ਕਦੇ ਵੀ ਮਜ਼ਦੂਰੀ 'ਤੇ ਨਹੀਂ ਜਾਂਦਾ। ਹਾਸ਼ਮ ਹੈਰਾਨ ਹੋ ਕੇ ਬੋਲਿਆ, ਕੀ ਕਿਹਾ? ਸ਼ਰਤਾਂ? ਪਾਗਲਾ, ਸ਼ਰਤਾਂ ਤਾਂ ਮਾਲਕਾਂ ਦੀਆਂ ਹੁੰਦੀਆਂ ਨੇ, ਇਸ ਹਿਸਾਬ ਨਾਲ ਸ਼ਰਤਾਂ ਲਾਉਣ ਦਾ ਅਸਲ ਹੱਕਦਾਰ ਤਾਂ ਮੈਂ ਹਾਂ। ਤਾਂ ਨੌਜਵਾਨ ਬੋਲਿਆ, ਜੇ ਤੁਸੀਂ ਮੇਰੀਆਂ ਸ਼ਰਤਾਂ ਮਨਜ਼ੂਰ ਨਹੀਂ ਕਰਦੇ ਤਾਂ ਮੈਂ ਤੁਹਾਡੇ ਨਾਲ ਕਦੀ ਨਹੀਂ ਜਾਵਾਂਗਾ। ਹਾਸ਼ਮ ਕੁਝ ਸੋਚ ਕੇ ਉਤਸੁਕਤਾ ਨਾਲ ਬੋਲਿਆ ਕਿ ਚੱਲ ਠੀਕ ਹੈ, ਜ਼ਰਾ ਦੱਸ ਤਾਂ ਸਹੀ ਕਿ ਤੇਰੀਆਂ ਸ਼ਰਤਾਂ ਕੀ ਨੇ। ਨੌਜਵਾਨ ਕਹਿੰਦਾ ਹੈ, ਮੇਰੀ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਮੇਰੇ ਬਾਰੇ ਮੈਨੂੰ ਕੋਈ ਵੀ ਸਵਾਲ ਨਹੀਂ ਪੁੱਛੋਗੇ। ਮੇਰੀ ਦੂਜੀ ਸ਼ਰਤ ਇਹ ਹੈ ਕਿ ਜਿਵੇਂ ਹੀ ਅਜ਼ਾਨ ਹੋਵੇਗੀ ਉਸੇ ਵੇਲੇ ਤੋਂ ਲੈ ਕੇ ਨਮਾਜ਼ ਪੜ੍ਹਨ ਤੱਕ ਮੈਂ ਤੁਹਾਡਾ ਮਜ਼ਦੂਰ ਨਹੀਂ ਰਹਾਂਗਾ ਅਤੇ ਇਸ ਦੌਰਾਨ ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਾਂਗਾ।
ਅਤੇ ਨਾ ਹੀ ਤੁਸੀਂ ਮੈਨੂੰ ਕੋਈ ਹੁਕਮ ਦੇਣ ਦੇ ਹੱਕਦਾਰ ਹੋਵੋਗੇ। ਮੇਰੀ ਤੀਜੀ ਸ਼ਰਤ ਇਹ ਹੈ ਕਿ ਜੇ ਤੁਸੀਂ ਮੈਨੂੰ ਕੋਈ ਸਵਾਲ ਪੁੱਛਿਆ ਤਾਂ ਮੇਰੀ ਮਰਜ਼ੀ ਹੋਵੇਗੀ ਕਿ ਮੈਂ ਤੁਹਾਡੇ ਉਸ ਸਵਾਲ ਦਾ ਜਵਾਬ ਦਿਆਂ ਜਾਂ ਨਾ ਦਿਆਂ। ਹਾਸ਼ਮ ਇਹ ਸੁਣ ਕੇ ਮੁਸਕਰਾਉਂਦਾ ਹੋਇਆ ਬੋਲਿਆ, ਤੂੰ ਤਾਂ ਬੜਾ ਹੀ ਅਨੋਖਾ ਦਿਹਾੜੀਦਾਰ ਹੈ, ਚੱਲ ਮੈਨੂੰ ਇਹ ਵੀ ਮਨਜ਼ੂਰ ਹੈ, ਹੁਣ ਆਪਣਾ ਸਮਾਨ ਚੁੱਕ ਅਤੇ ਕੰਮ 'ਤੇ ਚੱਲ। ਇਸ ਤੋਂ ਬਾਅਦ ਹਾਸ਼ਮ ਅਤੇ ਉਹ ਨੌਜਵਾਨ ਚੱਲਦੇ ਚੱਲਦੇ ਹਾਸ਼ਮ ਦੇ ਘਰ ਪਹੁੰਚ ਗਏ। ਜਦੋਂ ਨੌਜਵਾਨ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਹਾਸ਼ਮ ਦੇਖ ਕੇ ਹੈਰਾਨ ਰਹਿ ਗਿਆ ਕਿ ਜੋ ਕੰਮ ਇੱਕ ਮਜ਼ਦੂਰ ਪੂਰੇ ਦਿਨ ਵਿੱਚ ਕਰਦਾ ਹੈ, ਇਸ ਨੌਜਵਾਨ ਨੇ ਉਹ ਕੰਮ ਸਿਰਫ 2 ਘੰਟਿਆਂ ਵਿੱਚ ਹੀ ਕਰ ਦਿੱਤਾ। ਹਾਸ਼ਮ ਨੇ ਉਸ ਨੂੰ ਹੋਰ ਕੰਮ 'ਤੇ ਲਾਇਆ ਅਤੇ ਆਪ ਕਿਤੇ ਬਾਹਰ ਚਲਿਆ ਗਿਆ। ਨੌਜਵਾਨ ਮਜ਼ਦੂਰ ਗਲੀ ਵਿੱਚ ਮਿੱਟੀ ਖੋਦ ਰਿਹਾ ਸੀ ਕਿ ਅਚਾਨਕ ਅਜ਼ਾਨ ਦੀ ਆਵਾਜ਼ ਆਉਣ ਲੱਗੀ। ਮਜ਼ਦੂਰ ਨੇ ਕਹੀ ਉੱਥੇ ਹੀ ਸੁੱਟ ਦਿੱਤੀ ਅਤੇ ਉੱਥੋਂ ਜਾਣ ਲਈ ਤੁਰਨ ਲੱਗਾ। ਉਦੋਂ ਹੀ ਹਾਸ਼ਮ ਦੇ ਬੇਟੇ ਨੇ ਦੇਖਿਆ ਕਿ ਮਜ਼ਦੂਰ ਮਿੱਟੀ ਦੇ ਖੱਡੇ ਨੂੰ ਗਲੀ ਵਿੱਚ ਹੀ ਛੱਡ ਕੇ ਜਾ ਰਿਹਾ ਹੈ, ਤਾਂ ਉਸਨੇ ਕਿਹਾ, ਓਏ ਜ਼ਰਾ ਰੁਕ, ਇਸ ਮਿੱਟੀ ਨੂੰ ਤਾਂ ਬਰਾਬਰ ਕਰਦਾ ਜਾ। ਨੌਜਵਾਨ ਨੇ ਕਿਹਾ, ਖਾਮੋਸ਼, ਇਸ ਵਕਤ ਮੈਂ ਤੇਰੇ ਪਿਓ ਦੀ ਵੀ ਨਹੀਂ ਸੁਣਾਂਗਾ। ਜਦੋਂ ਅਜ਼ਾਨ ਹੁੰਦੀ ਹੈ ਤਾਂ ਮੈਂ ਦੁਨੀਆ ਦਾ ਹਰ ਕੰਮ ਭੁੱਲ ਜਾਂਦਾ ਵਾਂ ਅਤੇ ਸਿਰਫ ਉਹਦੀ ਸੁਣਦਾ ਜੋ ਸਭ ਕੁਝ ਸੁਣਨ ਅਤੇ ਜਾਣਨ ਵਾਲਾ ਹੈ। ਜੇ ਤੁਸੀਂ ਚਾਹੋ ਤਾਂ ਮਿੱਟੀ ਨੂੰ ਖੁਦ ਹੀ ਬਰਾਬਰ ਕਰ ਸਕਦੇ ਹੋ, ਵੈਸੇ ਵੀ ਮੇਰੀ ਤੁਹਾਡੇ ਪਿਓ ਨਾਲ ਗੱਲ ਹੋ ਚੁੱਕੀ ਹੈ। ਸੋ ਇੰਨਾ ਕਹਿ ਕੇ ਨੌਜਵਾਨ ਨਮਾਜ਼ ਪੜ੍ਹਨ ਚਲਿਆ ਗਿਆ ਅਤੇ ਮੁੜ ਕੇ ਆਇਆ ਅਤੇ ਦੁਬਾਰਾ ਕੰਮ 'ਤੇ ਲੱਗ ਗਿਆ। ਇੰਨੇ ਵਿੱਚ ਹਾਸ਼ਮ ਬਾਹਰੋਂ ਮੁੜ ਕੇ ਆਇਆ ਅਤੇ ਨੌਜਵਾਨ ਨੂੰ ਪੁੱਛਿਆ ਕਿ ਮੈਂ ਤੇਰੇ ਲਈ ਖਾਣਾ ਲਿਆਵਾਂ। ਨੌਜਵਾਨ ਕਹਿਣ ਲੱਗਾ ਕਿ ਮੈਂ ਰੋਜ਼ੇ ਵਿੱਚ ਹਾਂ। ਹਾਸ਼ਮ ਇਹ ਸੁਣ ਕੇ ਹੈਰਾਨ ਹੋਇਆ ਅਤੇ ਸੋਚਣ ਲੱਗਾ ਕਿ ਅਜੇ ਤਾਂ ਰਮਜ਼ਾਨ ਸ਼ੁਰੂ ਵੀ ਨਹੀਂ ਹੋਇਆ ਅਤੇ ਇਹ ਨੌਜਵਾਨ ਰੋਜ਼ੇ ਰੱਖ ਕੇ ਮਜ਼ਦੂਰੀ ਕਰ ਰਿਹਾ ਹੈ। ਖੈਰ, ਜਦੋਂ ਸ਼ਾਮ ਦਾ ਵਕਤ ਹੋਇਆ ਤਾਂ ਹਾਸ਼ਮ ਨੇ ਕਿਹਾ, ਨੌਜਵਾਨਾਂ ਇਹ ਲੈ ਤੇਰੇ 50 ਰੁਪਏ, ਵੈਸੇ ਤੇਰਾ ਨਾਂ ਕੀ ਹੈ? ਨੌਜਵਾਨ ਨੇ ਕਿਹਾ, ਹਜ਼ੂਰ, ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਸਵਾਲ ਦਾ ਜਵਾਬ ਦੇਣ ਦਾ ਮਨ ਨਾ ਹੋਵੇ ਉਹ ਸਵਾਲ ਦਾ ਮੈਂ ਜਵਾਬ ਨਹੀਂ ਦਿਆਂਗਾ। ਅੱਛਾ, ਖੁਦਾ ਹਾਫਿਜ਼, ਮੈਂ ਹਾਲੇ ਹੋਰਾਂ ਕੰਮਾਂ 'ਤੇ ਵੀ ਜਾਣਾ ਹੈ। ਹਾਸ਼ਮ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਹੁੰਦਾ ਹੋਇਆ ਉਸ ਦੇ ਵੱਲ ਵੇਖਦਾ ਰਿਹਾ। ਉਸਨੇ ਇਸ ਗੱਲ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਅਤੇ ਉਸਨੇ ਸਾਰੀ ਰਾਤ ਸੋਚਦੇ ਹੋਏ ਬਿਤਾਈ। ਉਸਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਮਜ਼ਦੂਰ ਵਿੱਚ ਐਸਾ ਆਲਮ ਦੇਖਣ ਨੂੰ ਮਿਲਿਆ ਸੀ ਜੋ ਪੈਸੇ ਤੋਂ ਵੱਧ ਆਪਣੇ ਅਮਲਾਂ ਅਤੇ ਕਾਇਦੇ ਕਾਨੂੰਨ ਨੂੰ ਪਹਿਲ ਦੇ ਰਿਹਾ ਸੀ। ਸੋ ਅਗਲੇ ਦਿਨ ਹਾਸ਼ਮ ਇੱਕ ਵਾਰ ਫਿਰ ਉਸੇ ਇਰਾਦੇ ਨਾਲ ਚੁਰਾਹੇ 'ਤੇ ਪਹੁੰਚਿਆ ਕਿ ਸ਼ਾਇਦ ਅੱਜ ਫਿਰ ਉਹ ਨੌਜਵਾਨ ਮੁੜ ਮਿਲ ਜਾਵੇ। ਅੱਜ ਫਿਰ ਮਜ਼ਦੂਰਾਂ ਦੀ ਭੀੜ ਬੜਾ ਸ਼ੋਰ ਕਰ ਰਹੀ ਸੀ, ਪਰ ਉਸ ਦੀ ਨਜ਼ਰ ਉਸੇ ਨੌਜਵਾਨ ਨੂੰ ਲੱਭ ਰਹੀ ਸੀ। ਹਾਸ਼ਮ ਨੇ ਹੋਰਾਂ ਮਜ਼ਦੂਰਾਂ ਤੋਂ ਪੁੱਛਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, ਹਜ਼ੂਰ, ਉਹ ਨੌਜਵਾਨ ਸਿਰਫ ਸੋਮਵਾਰ ਅਤੇ ਵੀਰਵਾਰ ਨੂੰ ਹੀ ਆਉਂਦਾ ਹੈ। ਇਹ ਸੁਣ ਕੇ ਹਾਸ਼ਮ ਘਰ ਵੱਲ ਤੁਰ ਪਿਆ ਅਤੇ ਉਹ ਕੁਝ ਦੂਰ ਹੀ ਗਿਆ ਸੀ ਕਿ ਇੱਕ ਬੁੱਢੇ ਆਦਮੀ ਨੇ ਪਿੱਛੋਂ ਆਵਾਜ਼ ਦਿੱਤੀ, ਪੁੱਤਰ, ਜ਼ਰਾ ਗੱਲ ਸੁਣ। ਇਹ ਇੱਕ ਬਹੁਤ ਹੀ ਗਰੀਬ ਵਿਅਕਤੀ ਦੀ ਆਵਾਜ਼ ਸੀ ਜੋ ਮੁਸ਼ਕਲ ਨਾਲ ਹੀ ਤੁਰ ਰਿਹਾ ਸੀ। ਉਸ ਸ਼ਖਸ ਨੇ ਕਿਹਾ, ਕੀ ਤੁਸੀਂ ਮੈਨੂੰ ਚੁਰਾਹੇ ਦੇ ਦਰਖਤ ਦੇ ਕੋਲ ਛੱਡ ਸਕਦੇ ਹੋ? ਹਾਸ਼ਮ ਬੋਲਿਆ, ਜੀ ਜ਼ਰੂਰ ਛੱਡ ਦਿਆਂਗਾ, ਪਰ ਤੁਸੀਂ ਉੱਥੇ ਕਿਉਂ ਜਾਣਾ ਚਾਹੁੰਦੇ ਹੋ? ਬੁੱਢਾ ਆਦਮੀ ਬੋਲਿਆ ਕਿ ਅਸਲ ਵਿੱਚ ਮੇਰਾ ਪੁੱਤਰ ਕਾਫ਼ੀ ਸਮੇਂ ਤੋਂ ਬਿਮਾਰ ਹੈ ਅਤੇ ਅੱਜ ਉਸ ਦੀ ਦਵਾਈ ਖਤਮ ਹੋ ਗਈ ਹੈ, ਪਰ ਮੈਨੂੰ ਰਤਾ ਭਰ ਵੀ ਕੋਈ ਗਮ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਰੱਬ ਨੇ ਮੇਰੇ ਪੁੱਤਰ ਲਈ ਹਫ਼ਤੇ ਦੀ ਦਵਾਈ ਦਾ ਪ੍ਰਬੰਧ ਕੀਤਾ ਹੋਇਆ ਹੈ। ਤੁਸੀਂ ਸਿਰਫ ਮੈਨੂੰ ਉੱਥੇ ਪਹੁੰਚਾ ਦਿਓ, ਖੁਦਾ ਤੁਹਾਨੂੰ ਇਸ ਨੇਕੀ ਦਾ ਅਜ਼ਰ ਦੇਵੇਗਾ। ਹਾਸ਼ਮ, ਜੋ ਪਹਿਲਾਂ ਹੀ ਹੈਰਾਨ ਅਤੇ ਪਰੇਸ਼ਾਨ ਸੀ, ਇਸ ਬੁੱਢੇ ਦੀਆਂ ਗੱਲਾਂ ਸੁਣ ਕੇ ਹੈਰਾਨੀ ਦੀ ਗਹਿਰਾਈ ਵਿੱਚ ਚਲਾ ਗਿਆ। ਉਸਨੇ ਉਸ ਵਿਅਕਤੀ ਨੂੰ ਦਰਖਤ ਦੇ ਕੋਲ ਛੱਡਿਆ ਅਤੇ ਖੁਦ ਇੱਕ ਪਾਸੇ ਲੋਕ ਕੇ ਦੇਖਣ ਲੱਗਾ ਕਿ ਆਖਰ ਦਵਾਈ ਆਉਂਦੀ ਕਿੱਥੋਂ ਹੈ।
ਕੁਝ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇੱਕ ਆਦਮੀ ਤੇਜ਼ ਕਦਮਾਂ ਨਾਲ ਆਇਆ, ਜਿਸ ਨੇ ਆਪਣਾ ਚਿਹਰਾ ਨੀਲੇ ਰੁਮਾਲ ਨਾਲ ਢੱਕਿਆ ਹੋਇਆ ਸੀ। ਉਹ ਆਦਮੀ ਉੱਥੇ ਪਹੁੰਚਿਆ ਅਤੇ ਕਹਿਣ ਲੱਗਾ, ਬਜ਼ੁਰਗੋ ਮਾਫ ਕਰਨਾ, ਅੱਜ ਜ਼ਰਾ ਦੇਰ ਹੋ ਗਈ। ਉਸਨੇ ਦਵਾਈ ਦਾ ਥੈਲਾ ਉਸ ਬੰਦੇ ਨੂੰ ਦਿੱਤਾ ਅਤੇ ਜਿਵੇਂ ਹੀ ਮੁੜਨ ਲੱਗਾ, ਉਸ ਬੁੱਢੇ ਆਦਮੀ ਨੇ ਉਸਦਾ ਹੱਥ ਫੜ ਲਿਆ ਅਤੇ ਕਿਹਾ, ਰੱਬ ਦਿਆ ਬੰਦਿਆ, ਮੈਨੂੰ ਆਪਣਾ ਚਿਹਰਾ ਦਿਖਾ ਦੇ। ਮੈਂ ਆਪਣੇ ਮਦਦਗਾਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਦੁਆ ਦੇਣਾ ਚਾਹੁੰਦਾ ਵਾਂ। ਤਾਂ ਨੀਲੇ ਰੁਮਾਲ ਵਾਲਾ ਬੋਲਿਆ, ਬਾਬਾ ਯਕੀਨ ਮੰਨੋ, ਇਸ ਵਿੱਚ ਮੇਰਾ ਕੋਈ ਕਮਾਲ ਨਹੀਂ ਹੈ। ਸਿਰਫ ਇਹ ਸਮਝੋ ਕਿ ਉਸ ਨੀਲੇ ਅੰਬਰ ਵਾਲੇ ਨੇ ਇਸ ਨੀਲੇ ਰੁਮਾਲ ਵਾਲੇ ਨੂੰ ਤੁਹਾਡੀ ਮਦਦ ਕਰਨ ਦਾ ਵਸੀਲਾ ਬਣਾ ਕੇ ਭੇਜਿਆ ਹੈ। ਇਹ ਕਹਿ ਕੇ ਉਹ ਨੀਲੇ ਰੁਮਾਲ ਵਾਲਾ ਉੱਥੋਂ ਵਾਪਸ ਚਲਿਆ ਗਿਆ। ਹਾਸ਼ਮ ਨੇ ਇਹ ਸਾਰਾ ਮਾਜ਼ਰਾ ਲੁੱਕ ਕੇ ਦੇਖਿਆ ਅਤੇ ਇੱਕ ਲਹਿਜੇ ਲਈ ਤਾਂ ਉਹ ਭੁੱਲ ਹੀ ਗਿਆ ਕਿ ਉਹ ਤਾਂ ਉਸ ਨੌਜਵਾਨ ਮਜ਼ਦੂਰ ਦੀ ਤਲਾਸ਼ ਵਿੱਚ ਆਇਆ ਸੀ। ਉਹ ਦੌੜਦਾ ਹੋਇਆ ਉਸ ਵਿਅਕਤੀ ਦੇ ਕੋਲ ਗਿਆ ਅਤੇ ਪੁੱਛਣ ਲੱਗਾ, ਇਹ ਆਦਮੀ ਕੌਣ ਸੀ ਜੋ ਤੁਹਾਡੀ ਮਦਦ ਕਰਨ ਆਇਆ? ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ। ਮੈਂ ਸਿਰਫ ਇਹ ਜਾਣਦਾ ਕਿ ਜਦੋਂ ਵੀ ਮੇਰੇ ਬੇਟੇ ਦੀ ਦਵਾਈ ਖਤਮ ਹੁੰਦੀ ਹੈ ਤਾਂ ਮੈਂ ਇੱਥੇ ਆ ਜਾਂਦਾ ਅਤੇ ਇਹ ਨੀਲੇ ਰੁਮਾਲ ਵਾਲਾ ਆਦਮੀ ਮੈਨੂੰ ਹਰ ਵਾਰ ਦਵਾਈ ਦੇ ਜਾਂਦਾ ਹੈ। ਹਾਸ਼ਮ ਨੇ ਉਸ ਆਦਮੀ ਨੂੰ ਉਸਦੇ ਘਰ ਛੱਡਿਆ ਅਤੇ ਖੁਦ ਆਪਣੇ ਘਰ ਵਾਪਸ ਚਲਿਆ ਗਿਆ। ਅਗਲੇ ਦਿਨ ਉਹ ਸ਼ਹਿਰ ਦੇ ਚੁਰਾਹੇ 'ਤੇ ਦੁਬਾਰਾ ਗਿਆ ਅਤੇ ਦੇਖਿਆ ਕਿ ਸੱਚਮੁੱਚ ਉਹ ਨੌਜਵਾਨ ਮਜ਼ਦੂਰ ਉੱਥੇ ਮੌਜੂਦ ਨਹੀਂ ਸੀ। ਪਰ ਅੱਜ ਹਾਸ਼ਮ ਉਸ ਦਿਹਾੜੀਦਾਰ ਦੇ ਨਾਲ ਨਾਲ ਨੀਲੇ ਰੁਮਾਲ ਵਾਲੇ ਆਦਮੀ ਨੂੰ ਵੀ ਲੱਭ ਰਿਹਾ ਸੀ। ਪਰ ਅਫਸੋਸ, ਦੋਨਾਂ ਵਿੱਚੋਂ ਕੋਈ ਵੀ ਨਾ ਮਿਲਿਆ। ਉਹ ਇੱਕ ਜਾਸੂਸ ਦੀ ਤਰ੍ਹਾਂ ਬਗਦਾਦ ਦੀਆਂ ਗਲੀਆਂ ਵਿੱਚ ਉਹਨਾਂ ਨੂੰ ਲੱਭ ਰਿਹਾ ਸੀ। ਫਿਰ ਅਚਾਨਕ ਉਸਨੇ ਮਹਿਸੂਸ ਕੀਤਾ ਕਿ ਕੋਲ ਹੀ ਇੱਕ ਘਰ ਵਿੱਚੋਂ ਕੁਝ ਬੱਚਿਆਂ ਦੇ ਚੀਖਣ ਚਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਤੇ ਮਾਂ ਉਹਨਾਂ ਨੂੰ ਵਰਾ ਰਹੀ ਹੈ। ਉਹ ਆਪਣੇ ਬੱਚਿਆਂ ਨੂੰ ਵਾਰ ਵਾਰ ਕਹਿ ਰਹੀ ਹੈ ਕਿ ਫਿਕਰ ਨਾ ਕਰੋ, ਉਹ ਹੁਣੇ ਆਵੇਗਾ। ਹਾਸ਼ਮ ਇਹ ਸਾਰਾ ਮਾਜ਼ਰਾ ਵੇਖ ਹੀ ਰਿਹਾ ਸੀ ਕਿ ਇੱਕ ਘੋੜ ਸਵਾਰ ਹਫ਼ਤੇ ਦੇ ਰਾਸ਼ਨ ਦੇ ਨਾਲ ਉਸ ਘਰ ਵਿੱਚ ਦਾਖਲ ਹੋਇਆ। ਉਹ ਉਹੀ ਨੀਲੇ ਰੁਮਾਲ ਵਾਲਾ ਆਦਮੀ ਸੀ। ਹਾਸ਼ਮ ਦਰਵਾਜ਼ੇ ਦੇ ਨੇੜੇ ਗਿਆ ਤਾਂ ਦੇਖਿਆ ਕਿ ਛੋਟੇ ਬੱਚੇ ਜੋ ਹੁਣ ਭੁੱਖ ਨਾਲ ਬਿਲਖ ਰਹੇ ਸੀ, ਖੁਸ਼ੀ ਦੇ ਮਾਰੇ ਨੀਲੇ ਰੁਮਾਲ ਵਾਲੇ ਨਾਲ ਲਿਪਟ ਲਿਪਟ ਕੇ ਪਿਆਰ ਦਾ ਇਜ਼ਹਾਰ ਕਰ ਰਹੇ ਸੀ। ਉਹਨਾਂ ਦੀ ਮਾਂ ਆਪਣੇ ਦੋਵੇਂ ਹੱਥ ਚੁੱਕ ਕੇ ਉਸਨੂੰ ਦੁਆਵਾਂ ਦੇ ਰਹੀ ਸੀ। ਹਾਸ਼ਮ ਇਸ ਸਾਰੇ ਮੰਜ਼ਰ ਨੂੰ ਵੇਖ ਹੀ ਰਿਹਾ ਸੀ ਕਿ ਨੀਲੇ ਰੁਮਾਲ ਵਾਲਾ ਆਦਮੀ ਦਰਵਾਜ਼ੇ ਤੋਂ ਬਾਹਰ ਆਇਆ। ਹਾਸ਼ਮ ਨੇ ਉਸਨੂੰ ਰੋਕਿਆ ਅਤੇ ਪੁੱਛਿਆ, ਐ ਖੁਦਾ ਦੇ ਬੰਦੇ, ਤੂੰ ਤਾਂ ਮੈਨੂੰ ਆਪਣੇ ਕਰਮਾਂ ਦਾ ਬੰਦੀ ਬਣਾ ਲਿਆ ਹੈ, ਮੈਨੂੰ ਦੱਸ ਤੂੰ ਕੌਣ ਹੈ? ਜੇ ਤੂੰ ਮੈਨੂੰ ਆਪਣੇ ਨਾਲ ਰੱਖ ਲਵੇਂ ਤਾਂ ਖੁਦਾ ਦੀ ਕਸਮ ਮੈਂ ਸਾਰੀ ਉਮਰ ਤੇਰੀ ਗੁਲਾਮੀ ਕਰਾਂਗਾ। ਨੀਲੇ ਰੁਮਾਲ ਵਾਲੇ ਨੇ ਇੱਕ ਪਲ ਲਈ ਹਾਸ਼ਮ ਵੱਲ ਦੇਖਿਆ ਜਿਵੇਂ ਉਹ ਮੁਸਕਰਾ ਰਿਹਾ ਹੋਵੇ। ਦੂਜੇ ਹੀ ਪਲ ਉਹ ਆਪਣੇ ਘੋੜੇ 'ਤੇ ਸਵਾਰ ਹੋਇਆ ਅਤੇ ਕੁਝ ਵੀ ਕਹੇ ਬਿਨਾਂ ਹਵਾ ਦੇ ਵਾਂਗ ਉੱਥੋਂ ਚਲਿਆ ਗਿਆ। ਜਦੋਂ ਨੀਲੇ ਰੁਮਾਲ ਵਾਲਾ ਉੱਥੋਂ ਚਲਿਆ ਗਿਆ ਤਾਂ ਹਾਸ਼ਮ ਉਸ ਮਹਿਲਾ ਦੇ ਘਰ ਵਿੱਚ ਦਾਖਲ ਹੋਇਆ। ਖਸਤਾ ਹਾਲ ਮਕਾਨ ਆਪਣੀ ਹਾਲਤ ਨਾਲ ਇਹ ਦਰਸਾ ਰਿਹਾ ਸੀ ਕਿ ਇਹ ਇੱਕ ਵਿਧਵਾ ਔਰਤ ਦਾ ਘਰ ਹੈ। ਹਾਸ਼ਮ ਨੇ ਔਰਤ ਤੋਂ ਪੁੱਛਿਆ ਕਿ ਤੁਸੀਂ ਜਾਣਦੇ ਹੋ ਕਿ ਇਹ ਨੀਲੇ ਰੁਮਾਲ ਵਾਲਾ ਸ਼ਖਸ ਕੌਣ ਹੈ? ਉਸ ਔਰਤ ਨੇ ਜਵਾਬ ਦਿੱਤਾ, ਮੈਂ ਉਸਨੂੰ ਨਹੀਂ ਜਾਣਦੀ, ਮੈਂ ਸਿਰਫ ਇਹ ਜਾਣਦੀ ਹਾਂ ਕਿ ਉਹ ਕੋਈ ਫਰਿਸ਼ਤਾ ਹੈ, ਇੱਕ ਨੇਕ ਇਨਸਾਨ ਹੈ ਜੋ ਮੈਨੂੰ ਹਰ ਹਫ਼ਤੇ ਖਾਣ ਪੀਣ ਦਾ ਸਮਾਨ ਮੁਹੱਈਆ ਕਰਦਾ ਹੈ। ਪਰ ਅੱਜ ਉਹ ਥੋੜ੍ਹਾ ਦੇਰ ਨਾਲ ਆਇਆ ਅਤੇ ਅੱਜ ਪਹਿਲੀ ਵਾਰ ਇਹ ਹੋਇਆ ਕਿ ਮੇਰੇ ਬੱਚਿਆਂ ਦੇ ਰੋਣ ਦੀ ਆਵਾਜ਼ ਗਲੀ ਤੱਕ ਪਹੁੰਚ ਗਈ। ਨਹੀਂ ਤਾਂ ਇਸ ਤੋਂ ਪਹਿਲਾਂ ਕਦੀ ਵੀ ਉਹ ਇੱਕ ਪਲ ਲਈ ਵੀ ਦੇਰੀ ਨਾਲ ਨਹੀਂ ਆਇਆ। ਇਹ ਸੁਣਨ ਤੋਂ ਬਾਅਦ ਹਾਸ਼ਮ ਉੱਥੋਂ ਮੁੜ ਗਿਆ ਅਤੇ ਸੋਚਾਂ ਦੀ ਦੁਨੀਆ ਵਿੱਚ ਗੁੰਮ ਹੋਇਆ ਆਪਣੇ ਘਰ ਆ ਗਿਆ। ਅਗਲੇ 2 ਦਿਨ ਵੀ ਹਾਸ਼ਮ ਦਾ ਇਸੇ ਤਰ੍ਹਾਂ ਚੱਲਦਾ ਰਿਹਾ। ਉਹ ਬਗਦਾਦ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਉਸ ਦਿਹਾੜੀਦਾਰ ਨੌਜਵਾਨ ਅਤੇ ਨੀਲੇ ਰੁਮਾਲ ਵਾਲੇ ਨੂੰ ਦੋਨਾਂ ਨੂੰ ਲੱਭਦਾ ਰਿਹਾ, ਪਰ ਦੋਨਾਂ ਦਾ ਕਿਤੇ ਵੀ ਅਤਾ ਪਤਾ ਨਹੀਂ ਮਿਲਿਆ। ਫਿਰ ਸੋਮਵਾਰ ਦਾ ਦਿਨ ਆਇਆ।
ਹਾਸ਼ਮ ਉਸੇ ਚੁਰਾਹੇ 'ਤੇ ਆਇਆ ਜਿੱਥੇ ਦਿਹਾੜੀਦਾਰ ਮਜ਼ਦੂਰ ਖੜ੍ਹਦੇ ਸੀ, ਅਤੇ ਆਖਰਕਾਰ ਉਸ ਨੂੰ ਉਹ ਨੌਜਵਾਨ ਮਿਲ ਹੀ ਗਿਆ। ਹਾਸ਼ਮ ਉਸ ਦੇ ਕੋਲ ਗਿਆ ਅਤੇ ਬੋਲਿਆ, ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ। ਬਾਕੀ ਮਜ਼ਦੂਰਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤੂੰ ਸੋਮਵਾਰ ਅਤੇ ਵੀਰਵਾਰ ਨੂੰ ਹੀ ਆਉਂਦਾ ਹੈ, ਆ ਚੱਲ ਹੁਣ ਮੇਰੇ ਨਾਲ। ਮੈਂ ਵੀ ਇਹ ਠਾਣ ਲਿਆ ਹੈ ਕਿ ਤੂੰ ਹਫ਼ਤੇ ਵਿੱਚ ਜਦੋਂ ਵੀ ਆਵੇਂ ਕੰਮ ਤਾਂ ਤੂੰ ਹੀ ਕਰੇਂਗਾ। ਨੌਜਵਾਨ ਹਾਸ਼ਮ ਨੂੰ ਦੇਖ ਕੇ ਬੋਲਿਆ, ਪਰ ਮੇਰੀਆਂ ਸ਼ਰਤਾਂ ਤਾਂ ਯਾਦ ਨੇ ਨਾ। ਹਾਸ਼ਮ ਬੋਲਿਆ, ਹਾਂ ਹਾਂ ਬਿਲਕੁਲ ਯਾਦ ਨੇ। ਨੌਜਵਾਨ ਦਿਹਾੜੀਦਾਰ ਮੁਸਕਰਾ ਕੇ ਬੋਲਿਆ, ਪਰ ਸੋਮਵਾਰ ਨੂੰ ਮੇਰੀ ਮਜ਼ਦੂਰੀ ਦੀ ਰਕਮ ਵੱਖਰੀ ਹੁੰਦੀ ਹੈ। ਤਾਂ ਹਾਸ਼ਮ ਨੇ ਉਸਦੇ ਵੱਲ ਮੁੜ ਕੇ ਵੇਖਿਆ ਅਤੇ ਹੈਰਾਨ ਹੋ ਕੇ ਪੁੱਛਿਆ, ਤਾਂ ਕੀ ਹੁਣ ਸੋਮਵਾਰ ਨੂੰ 50 ਦੀ ਬਜਾਏ 100 ਰੁਪਏ ਲਵੇਂਗਾ? ਨੌਜਵਾਨ ਨੇ ਕਿਹਾ, ਜੀ ਨਹੀਂ, ਸੋਮਵਾਰ ਨੂੰ ਮੈਂ ਸਿਰਫ 10 ਰੁਪਏ ਹੀ ਲੈਂਦਾ ਵਾਂ। ਹਾਸ਼ਮ ਹੈਰਾਨ ਹੋ ਕੇ ਬੋਲਿਆ ਕਿ ਤੇਰੀਆਂ ਸ਼ਰਤਾਂ ਤਾਂ ਮੈਨੂੰ ਹਰ ਵਾਰ ਹੈਰਾਨ ਕਰ ਦਿੰਦੀਆਂ ਨੇ। ਕੀ ਤੂੰ ਮੈਨੂੰ ਦੱਸ ਸਕਦਾ ਹੈ ਕਿ ਤੂੰ ਵੀਰਵਾਰ ਨੂੰ ਹੀ 50 ਰੁਪਏ ਕਿਉਂ ਲੈਂਦਾ ਹੈ ਅਤੇ ਸੋਮਵਾਰ ਨੂੰ ਸਿਰਫ 10? ਆਖਰ ਅਜਿਹਾ ਕਿਉਂ? ਨੌਜਵਾਨ ਨੇ ਸ਼ਾਂਤੀ ਨਾਲ ਕਿਹਾ, ਹਜ਼ੂਰ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਸਵਾਲ ਦਾ ਜਵਾਬ ਦੇਣ ਦਾ ਮੇਰਾ ਮਨ ਨਾ ਹੋਵੇ ਉਹਦਾ ਜਵਾਬ ਮੈਂ ਨਹੀਂ ਦਿਆਂਗਾ। ਹਾਸ਼ਮ ਚੁੱਪ ਚਾਪ ਉਸ ਨੌਜਵਾਨ ਨੂੰ ਆਪਣੇ ਨਾਲ ਲੈ ਕੇ ਘਰ ਆਇਆ ਅਤੇ ਉਸਨੂੰ ਕੰਮ 'ਤੇ ਲਗਾ ਦਿੱਤਾ। ਅਗਲੇ ਕਈ ਮਹੀਨਿਆਂ ਤੱਕ ਇਹੀ ਸਿਲਸਿਲਾ ਚੱਲਦਾ ਰਿਹਾ। ਹਾਸ਼ਮ ਹਰ ਸੋਮਵਾਰ ਅਤੇ ਵੀਰਵਾਰ ਨੂੰ ਚੁਰਾਹੇ 'ਤੇ ਜਾਂਦਾ ਅਤੇ ਨੌਜਵਾਨ ਹਰ ਵਾਰ ਆਪਣੀਆਂ ਸ਼ਰਤਾਂ ਯਾਦ ਕਰਾਉਂਦਾ। ਇਸ ਦੌਰਾਨ ਹਾਸ਼ਮ ਬਗਦਾਦ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਵੀ ਘੁੰਮਦਾ ਰਿਹਾ ਅਤੇ ਕਈ ਵਾਰ ਉਹਨੂੰ ਉਹ ਨੀਲੇ ਰੁਮਾਲ ਵਾਲਾ ਆਦਮੀ ਵੀ ਨਜ਼ਰ ਆ ਜਾਂਦਾ। ਹਾਸ਼ਮ ਨੂੰ ਹਰ ਵਾਰ ਉਹ ਕਿਸੇ ਨਾ ਕਿਸੇ ਮੁਸ਼ਕਲ ਵਿੱਚ ਫਸੇ ਹੋਏ ਗਰੀਬ ਦੀ ਮਦਦ ਕਰਦਾ ਹੋਇਆ ਮਿਲਦਾ। ਹਾਸ਼ਮ ਨੇ ਕਈ ਵਾਰ ਉਹਨੂੰ ਰੋਕ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਹੈ ਕੌਣ ਅਤੇ ਕਿੱਥੋਂ ਆਉਂਦਾ ਹੈ, ਪਰ ਹਰ ਵਾਰ ਉਹ ਆਦਮੀ ਉਹਦੇ ਪੁੱਛਣ ਤੋਂ ਪਹਿਲਾਂ ਹੀ ਚਲਿਆ ਜਾਂਦਾ। ਫਿਰ ਇੱਕ ਦਿਨ ਹਾਸ਼ਮ ਚੁਰਾਹੇ 'ਤੇ ਉਸ ਨੌਜਵਾਨ ਮਜ਼ਦੂਰ ਨੂੰ ਲੈਣ ਗਿਆ, ਪਰ ਉਸਨੇ ਉਸਨੂੰ ਉੱਥੇ ਨਾ ਪਾਇਆ। ਉਸਨੇ ਹੋਰ ਮਜ਼ਦੂਰਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਹਜ਼ੂਰ ਅੱਜ ਉਸ ਦੀ ਤਬੀਅਤ ਠੀਕ ਨਹੀਂ ਹੈ, ਪਰ ਉਹਨੇ ਤੁਹਾਡੇ ਲਈ ਇੱਕ ਸੁਨੇਹਾ ਭੇਜਿਆ ਹੈ ਕਿ ਫਲਾਨੀ ਗਲੀ ਦੇ ਨੁੱਕੜ 'ਤੇ ਉਹਦਾ ਘਰ ਹੈ, ਉਸਨੇ ਕਿਹਾ ਸੀ ਕਿ ਉਹ ਉੱਥੇ ਤੁਹਾਡਾ ਇੰਤਜ਼ਾਰ ਕਰੇਗਾ। ਹਾਸ਼ਮ ਨੇ ਜਦੋਂ ਹੀ ਇਹ ਸੁਣਿਆ ਤਾਂ ਦੌੜਦਾ ਹੋਇਆ ਉਸਦੇ ਘਰ ਪਹੁੰਚਿਆ। ਉੱਥੇ ਪਹੁੰਚ ਕੇ ਉਹਨੇ ਦਰਵਾਜ਼ੇ 'ਤੇ ਦਸਤਕ ਦਿੱਤੀ ਤਾਂ ਅੰਦਰੋਂ ਆਵਾਜ਼ ਆਈ, ਹਜ਼ੂਰ ਅੰਦਰ ਆ ਜਾਓ, ਦਰਵਾਜ਼ਾ ਖੁੱਲ੍ਹਾ ਹੈ। ਹਾਸ਼ਮ ਜਦੋਂ ਅੰਦਰ ਗਿਆ ਤਾਂ ਦੇਖਿਆ ਕਿ ਨੌਜਵਾਨ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਅਤੇ ਉਹਦਾ ਸਰੀਰ ਕੰਬ ਰਿਹਾ ਸੀ। ਨੌਜਵਾਨ ਬੋਲਿਆ, ਹਜ਼ੂਰ ਮੌਤ ਅਟੱਲ ਸੱਚਾਈ ਹੈ, ਕਿਸੇ ਨੂੰ ਨਹੀਂ ਪਤਾ ਕਿ ਮੌਤ ਕਦੋਂ ਆ ਜਾਵੇ। ਮੈਨੂੰ ਲੱਗਦਾ ਹੈ ਕਿ ਮੇਰਾ ਸਮਾਂ ਆ ਗਿਆ ਹੈ। ਜੇਕਰ ਅੱਜ ਰਾਤ ਨੂੰ ਮੇਰਾ ਇੰਤਕਾਲ ਹੋ ਗਿਆ, ਮੇਰੀ ਮੌਤ ਹੋ ਗਈ, ਤਾਂ ਮੇਰੀ ਇੱਕ ਬੇਨਤੀ ਹੈ ਕਿ ਮੇਰੇ ਕੁਝ ਕੰਮ ਕਰ ਦੇਣਾ, ਅੱਲਾ ਤੁਹਾਨੂੰ ਇਸ ਦਾ ਫਲ ਜ਼ਰੂਰ ਦੇਵੇਗਾ। ਮੈਂ ਹਰ ਉਸ ਸਵਾਲ ਦਾ ਜਵਾਬ ਤੁਹਾਨੂੰ ਦੇਣਾ ਚਾਹੁੰਦਾ ਜੋ ਤੁਸੀਂ ਹਰ ਵਾਰ ਮੈਨੂੰ ਪੁੱਛਿਆ ਕਰਦੇ ਸੀ। ਇੰਨਾ ਕਹਿੰਦੇ ਹੋਏ ਨੌਜਵਾਨ ਨੇ ਆਪਣੇ ਕੋਲ ਪਿਆ ਇੱਕ ਛੋਟਾ ਜਿਹਾ ਸੰਦੂਕ ਖੋਲ੍ਹਿਆ ਅਤੇ ਉਹਦੇ ਵਿੱਚੋਂ ਇੱਕ ਪਿੱਤਲ ਦੀ ਮਟਕੀ ਕੱਢੀ ਜਿਹਦਾ ਮੂੰਹ ਢੱਕਣ ਨਾਲ ਪੂਰੀ ਤਰ੍ਹਾਂ ਬੰਦ ਸੀ। ਨੌਜਵਾਨ ਨੇ ਪਿੱਤਲ ਦੀ ਮਟਕੀ ਹਾਸ਼ਮ ਨੂੰ ਦਿੰਦੇ ਹੋਏ ਕਿਹਾ, ਬਗਦਾਦ ਦੇ ਚੁਰਾਹੇ ਦੇ ਨੇੜੇ ਇੱਕ ਦਰਖਤ ਹੈ, ਇਹ ਮਟਕੀ ਲੈ ਕੇ ਉਸ ਦਰਖਤ ਦੇ ਹੇਠਾਂ ਖੜ੍ਹੇ ਹੋ ਜਾਇਓ ਅਤੇ ਉੱਥੇ ਖੜ੍ਹੇ ਰਹਿਣਾ ਜਦੋਂ ਤੱਕ ਇੱਕ ਸਫੇਦ ਦਾੜ੍ਹੀ ਵਾਲੇ ਬਜ਼ੁਰਗ ਉੱਥੇ ਨਾ ਜਾਣ। ਉਹ ਤੁਹਾਡੇ ਕੋਲੋਂ ਇਸ ਮਟਕੀ ਦੀ ਮੰਗ ਕਰਨਗੇ, ਤੁਸੀਂ ਇਹ ਮਟਕੀ ਉਹਨਾਂ ਦੇ ਹਵਾਲੇ ਕਰ ਦੇਣਾ। ਫਿਰ ਨੌਜਵਾਨ ਨੇ ਇੱਕ ਅੰਗੂਠੀ ਹਾਸ਼ਮ ਨੂੰ ਦਿੰਦੇ ਹੋਏ ਕਿਹਾ ਕਿ ਹਜ਼ੂਰ ਇਹ ਅੰਗੂਠੀ ਬਾਦਸ਼ਾਹ ਦੀ ਅਮਾਨਤ ਹੈ, ਇਹ ਤੁਸੀਂ ਉਹਨਾਂ ਤੱਕ ਪਹੁੰਚਾ ਦੇਣਾ। ਮੈਨੂੰ ਪਤਾ ਹੈ ਕਿ ਉਹ ਤੁਹਾਡੇ ਨਾਲ ਆਸਾਨੀ ਨਾਲ ਗੱਲ ਨਹੀਂ ਕਰਨਗੇ ਕਿਉਂਕਿ ਆਖਰ ਉਹ ਬਾਦਸ਼ਾਹ ਹੈ, ਪਰ ਇਹ ਅੰਗੂਠੀ ਉਹਨਾਂ ਤੱਕ ਜ਼ਰੂਰ ਪਹੁੰਚਾ ਦੇਣਾ। ਫਿਰ ਨੌਜਵਾਨ ਨੇ ਤੀਸਰੀ ਗੁਜ਼ਾਰਿਸ਼ ਕੀਤੀ ਕਿ ਮੇਰੀ ਇਹ ਆਖਰੀ ਖਾਹਿਸ਼ ਹੈ ਕਿ ਮੇਰੇ ਇਸ ਦੁਨੀਆ ਤੋਂ ਚਲੇ ਜਾਣ ਦੇ ਬਾਅਦ ਮੇਰੇ ਮੁਰਦੇ ਸਰੀਰ ਨੂੰ ਚਾਰਪਾਈ ਸਮੇਤ ਬਾਹਰ ਗਲੀ ਵਿੱਚ ਰੱਖ ਦੇਣਾ।
ਮੇਰੇ ਕਫਨ ਦਫਨ ਦਾ ਇੰਤਜ਼ਾਮ ਆਪਣੇ ਆਪ ਹੋ ਜਾਵੇਗਾ। ਨੌਜਵਾਨ ਤੋਂ ਅੰਗੂਠੀ ਅਤੇ ਪਿੱਤਲ ਦੀ ਮਟਕੀ ਲੈਂਦੇ ਹੋਏ ਹਾਸ਼ਮ ਨੇ ਕਿਹਾ ਕਿ ਮੈਂ ਤੇਰੇ ਸਾਰੇ ਕੰਮ ਬਾਖੂਬੀ ਕਰਾਂਗਾ, ਪਰ ਮੇਰੇ ਸਵਾਲਾਂ ਦੇ ਜਵਾਬ ਤਾਂ ਤੂੰ ਹਾਲੇ ਤੱਕ ਨਹੀਂ ਦਿੱਤੇ। ਤੂੰ ਹੈ ਕੌਣ? ਤੇਰਾ ਨਾਂ ਕੀ ਹੈ? ਸੋਮਵਾਰ ਨੂੰ ਤੂੰ ਸਿਰਫ 10 ਰੁਪਏ ਲੈ ਕੇ ਪੂਰਾ ਦਿਨ ਕੰਮ ਕਰਦਾ ਹੈ, ਵੀਰਵਾਰ ਨੂੰ 50 ਰੁਪਏ ਲੈਂਦਾ ਹੈ। ਤਾਂ ਨੌਜਵਾਨ ਬੋਲਿਆ ਕਿ ਜੇ ਤੁਸੀਂ ਮੇਰੇ ਇਹ ਸਾਰੇ ਕੰਮ ਕਰ ਦਿੱਤੇ ਤਾਂ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਜ਼ਰੂਰ ਮਿਲ ਜਾਏਗਾ। ਹੁਣ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਮੈਨੂੰ ਇਕੱਲਾ ਛੱਡ ਦਿਓ, ਮੈਂ ਆਪਣੇ ਰੱਬ ਨਾਲ ਇਕਾਂਤ ਚਾਹੁੰਦਾ ਵਾਂ। ਅੱਜ ਰਾਤ ਮੈਂ ਬਹੁਤ ਲੰਬੀ ਮਾਫ਼ੀ ਮੰਗਣੀ ਹੈ। ਹਾਸ਼ਮ ਨੇ ਕਿਹਾ, ਆਖਰ ਮੈਂ ਤੈਨੂੰ ਇਸ ਹਾਲਾਤ ਵਿੱਚ ਕਿਵੇਂ ਛੱਡ ਦਿਆਂ? ਪਰ ਨੌਜਵਾਨ ਦੇ ਜ਼ਿੱਦ ਕਰਨ ਦੇ ਕਾਰਨ ਹਾਸ਼ਮ ਨਾ ਚਾਹੁੰਦਾ ਹੋਇਆ ਉੱਥੋਂ ਚਲਿਆ ਗਿਆ। ਉਸ ਰਾਤ ਹਾਸ਼ਮ ਬਹੁਤ ਬੇਚੈਨ ਰਿਹਾ। ਉਸਨੇ ਸਾਰੀ ਰਾਤ ਕਰਵਟਾਂ ਬਦਲਦੇ ਬਿਤਾਈ। ਜਦੋਂ ਹੀ ਸੂਰਜ ਦੀ ਰੌਸ਼ਨੀ ਫੈਲੀ ਤਾਂ ਉਸਨੇ ਤੁਰੰਤ ਉਸ ਨੌਜਵਾਨ ਦੇ ਘਰ ਦੀ ਰਾਹ ਪਕੜੀ। ਜਦੋਂ ਹੀ ਉਹ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਦਰਵਾਜ਼ਾ ਪਹਿਲਾਂ ਤੋਂ ਹੀ ਖੁੱਲ੍ਹਾ ਹੈ। ਹਾਸ਼ਮ ਘਰ ਦੇ ਅੰਦਰ ਵੜਿਆ ਤਾਂ ਸੋਹਣੀ ਹਵਾ ਦੇ ਬੁੱਲੇ ਉਹਦਾ ਸਵਾਗਤ ਕਰ ਰਹੇ ਸੀ। ਜਦੋਂ ਉਸਨੇ ਅੰਦਰ ਦੇਖਿਆ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਰੂਹ ਇੱਥੋਂ ਰਵਾਨਾ ਹੋ ਚੁੱਕੀ ਸੀ। ਹਾਸ਼ਮ ਦੀਆਂ ਅੱਖਾਂ ਇਹ ਮੰਜ਼ਰ ਦੇਖ ਕੇ ਹੰਝੂਆਂ ਨਾਲ ਭਰ ਗਈਆਂ। ਉਸਨੇ ਨੌਜਵਾਨ ਦੇ ਕਹੇ ਮੁਤਾਬਕ ਉਸਦੇ ਜਨਾਜ਼ੇ ਨੂੰ ਗਲੀ ਵਿੱਚ ਰੱਖਿਆ ਅਤੇ ਫੌਰਨ ਚੁਰਾਹੇ ਵੱਲ ਦੌੜ ਪਿਆ। ਉਹ ਮਟਕੀ ਲੈ ਕੇ ਉਸ ਦਰਖਤ ਦੇ ਹੇਠਾਂ ਖੜ੍ਹਾ ਹੋ ਗਿਆ ਜਿਸਦਾ ਨੌਜਵਾਨ ਨੇ ਜ਼ਿਕਰ ਕੀਤਾ ਸੀ। ਕੁਝ ਹੀ ਸਮੇਂ ਬਾਅਦ ਉੱਥੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ। ਉਹ ਸਾਰੇ ਗਰੀਬ ਅਤੇ ਮੁਸ਼ਕਲਾਂ ਵਿੱਚ ਜਕੜੇ ਹੋਏ ਲੋਕ ਸੀ। ਹਾਸ਼ਮ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਲੋਕ ਉੱਥੇ ਕਿਉਂ ਇਕੱਠੇ ਹੋ ਰਹੇ ਨੇ। ਸਭ ਦਾ ਧਿਆਨ ਉਸ ਪਿੱਤਲ ਦੀ ਮਟਕੀ 'ਤੇ ਸੀ। ਕੁਝ ਦੇਰ ਬਾਅਦ ਇੱਕ ਸਫੇਦ ਦਾੜ੍ਹੀ ਵਾਲੇ ਬਜ਼ੁਰਗ ਉੱਥੇ ਆਏ ਅਤੇ ਹਾਸ਼ਮ ਕੋਲੋਂ ਮਟਕੀ ਲੈਣ ਲਈ ਹੱਥ ਵਧਾਇਆ। ਹਾਸ਼ਮ ਨੇ ਉਹ ਮਟਕੀ ਬਜ਼ੁਰਗ ਦੇ ਹਵਾਲੇ ਕਰ ਦਿੱਤੀ। ਬਜ਼ੁਰਗ ਨੇ ਭਰੀਆਂ ਅੱਖਾਂ ਨਾਲ ਮਟਕੀ ਖੋਲ੍ਹੀ ਅਤੇ ਉਸ ਵਿੱਚੋਂ ਇੱਕ ਨੀਲਾ ਰੁਮਾਲ ਬਾਹਰ ਕੱਢਿਆ ਜਿਸ ਵਿੱਚੋਂ 2 ਰੁਪਏ ਦੇ ਸਿੱਕੇ ਖਣਕਦੇ ਹੋਏ ਜ਼ਮੀਨ 'ਤੇ ਡਿੱਗ ਪਏ। ਅਸਲ ਵਿੱਚ ਉਹ ਉਹੀ ਨੀਲਾ ਰੁਮਾਲ ਸੀ ਜਿਸ ਨੂੰ ਉਹ ਗਰੀਬਾਂ ਦੀ ਮਦਦ ਕਰਨ ਵਾਲਾ ਆਦਮੀ ਆਪਣੇ ਚਿਹਰੇ ਨੂੰ ਢੱਕਣ ਲਈ ਵਰਤਦਾ ਸੀ। ਬਜ਼ੁਰਗ ਦੇ ਹੱਥ ਵਿੱਚ ਨੀਲਾ ਰੁਮਾਲ ਵੇਖਦੇ ਹੀ ਚੁਰਾਹਾ ਚੀਖਾਂ ਦੇ ਰੋਣੇ ਧੋਣੇ ਨਾਲ ਗੂੰਜ ਉੱਠਿਆ। ਚੁਰਾਹੇ ਉੱਤੇ ਕੋਈ ਵੀ ਐਸਾ ਵਿਅਕਤੀ ਨਹੀਂ ਸੀ ਜਿਹਦੀ ਅੱਖ ਵਿੱਚ ਹੰਝੂ ਨਾ ਹੋਣ। ਹਾਸ਼ਮ ਨੇ ਜਦੋਂ ਇਹ ਸਾਰਾ ਮੰਜ਼ਰ ਦੇਖਿਆ ਤਾਂ ਆਪਣੇ ਬਹਿ ਰਹੇ ਹੰਝੂਆਂ ਨੂੰ ਰੋਕ ਨਾ ਸਕਿਆ। ਇਸ ਦੌਰਾਨ ਇਹ ਰਾਜ ਵੀ ਖੁੱਲ੍ਹ ਗਿਆ ਕਿ ਉਹੀ ਨੌਜਵਾਨ ਮਜ਼ਦੂਰ ਦਰਅਸਲ ਉਹ ਨੀਲੇ ਰੁਮਾਲ ਵਾਲਾ ਆਦਮੀ ਸੀ। ਸਫੇਦ ਦਾੜ੍ਹੀ ਵਾਲੇ ਬਜ਼ੁਰਗ ਨੇ ਹਾਸ਼ਮ ਵੱਲ ਦੇਖਦੇ ਹੋਏ ਕਿਹਾ ਕਿ ਤੂੰ ਸਹੀ ਸਮਝਿਆ, ਇਹ ਉਹੀ ਰੱਬ ਦਾ ਭਗਤ ਨੌਜਵਾਨ ਹੈ ਜੋ ਹਫ਼ਤੇ ਵਿੱਚ 2 ਵਾਰੀ ਮਜ਼ਦੂਰੀ ਕਰਦਾ ਸੀ, ਵੀਰਵਾਰ ਨੂੰ 50 ਰੁਪਏ ਲੈ ਕੇ ਗਰੀਬਾਂ ਦੀ ਮਦਦ ਕਰਦਾ, ਸੋਮਵਾਰ ਨੂੰ ਸਿਰਫ 10 ਰੁਪਏ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ। ਜਿਹੜੇ ਦਿਨ ਇਹ ਵਿਹਲਾ ਹੁੰਦਾ ਸੀ ਤਾਂ ਇਹ ਸਿਰਫ ਰੱਬ ਦੀ ਯਾਦ ਵਿੱਚ ਗੁਆਚ ਜਾਂਦਾ ਸੀ ਅਤੇ ਇਹ ਜੋ 2 ਰੁਪਏ ਨਿਕਲੇ ਨੇ ਇਹ ਉਹ ਆਪਣੇ ਕਫਨ ਦਫਨ ਲਈ ਛੱਡ ਗਿਆ ਹੈ। ਜਿਹੜੇ ਲੋਕਾਂ ਦੀ ਉਹ ਮਦਦ ਕਰਿਆ ਕਰਦਾ ਸੀ ਉਹਨਾਂ ਸਭ ਨੂੰ ਇਹਨੇ ਦੱਸਿਆ ਹੋਇਆ ਸੀ ਕਿ ਜੇਕਰ ਕਿਸੇ ਦਿਨ ਮੈਂ ਤੁਹਾਡੀ ਮਦਦ ਲਈ ਨਾ ਆਇਆ ਤਾਂ ਤੁਸੀਂ ਸਾਰੇ ਇਸ ਚੁਰਾਹੇ ਅਤੇ ਇਸ ਦਰਖਤ ਕੋਲ ਇਕੱਠੇ ਹੋ ਜਾਇਓ। ਜੇਕਰ ਤੁਹਾਨੂੰ ਇਹ ਮਟਕੀ ਅਤੇ ਰੁਮਾਲ ਮਿਲ ਗਿਆ ਤਾਂ ਸਮਝ ਜਾਣਾ ਕਿ ਮੈਂ ਇਸ ਦੁਨੀਆ ਤੋਂ ਚਲਿਆ ਗਿਆ ਵਾਂ। ਹਾਸ਼ਮ ਨੇ ਇਸ ਬਜ਼ੁਰਗ ਨੂੰ ਪੁੱਛਿਆ ਕਿ ਆਖਿਰਕਾਰ ਇਹ ਨੌਜਵਾਨ ਹੈ ਕੌਣ, ਕੋਈ ਇਹਦਾ ਬਾਲੀ ਵਾਰਸ ਵੀ ਸੀ ਜਾਂ ਨਹੀਂ? ਤਾਂ ਬਜ਼ੁਰਗ ਕਹਿਣ ਲੱਗਾ ਕਿ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਇੰਨਾ ਕਹਿ ਸਕਦਾ ਕਿ ਇਹ ਨੌਜਵਾਨ ਬਹੁਤ ਸਾਰੇ ਗਰੀਬਾਂ ਲਈ ਮਸੀਹਾ ਸੀ, ਪਰ ਹੁਣ ਇਹ ਦੁਨੀਆ ਨੂੰ ਛੱਡ ਚੁੱਕਿਆ ਹੈ। ਹਾਸ਼ਮ ਇਹ ਸਾਰਾ ਸੱਚ ਜਾਣ ਕੇ ਹੈਰਾਨ ਅਤੇ ਪਰੇਸ਼ਾਨ ਹੋ ਗਿਆ। ਬਜ਼ੁਰਗ ਨੇ ਹਾਸ਼ਮ ਨੂੰ ਕਿਹਾ ਕਿ ਅੱਜ ਬਗਦਾਦ ਦੇ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਨਹੀਂ ਜਲਣਗੇ, ਬਹੁਤ ਸਾਰੇ ਬਿਮਾਰਾਂ ਨੂੰ ਦਵਾਈ ਦੇਣ ਵਾਲਾ ਇਹ ਮਸੀਹਾ ਨਹੀਂ ਮਿਲੇਗਾ।
ਕਿੰਨੀਆਂ ਬੇਮਾਵਾਂ ਦੇ ਬੱਚੇ ਭੁੱਖ ਨਾਲ ਬੈਲ ਬੁਲਾਉਣਗੇ ਮੈਂ ਨਹੀਂ ਜਾਣਦਾ। ਇਹ ਕਹਿੰਦੇ ਹੀ ਸਾਰੇ ਲੋਕ ਉਸ ਨੌਜਵਾਨ ਦੇ ਘਰ ਵੱਲ ਰਵਾਨਾ ਹੋ ਗਏ ਜਿੱਥੇ ਗਲੀ ਵਿੱਚ ਉਸਦਾ ਜਨਾਜ਼ਾ ਇੰਤਜ਼ਾਰ ਕਰ ਰਿਹਾ ਸੀ। ਸਭ ਨੇ ਮਿਲ ਕੇ ਨੌਜਵਾਨ ਦੇ ਕਫਨ ਦਫਨ ਵਿੱਚ ਸ਼ਿਰਕਤ ਕੀਤੀ। ਫਿਰ ਕੁਝ ਸਮੇਂ ਬਾਅਦ ਹਾਸ਼ਮ ਨੂੰ ਯਾਦ ਆਇਆ ਕਿ ਬਾਦਸ਼ਾਹ ਨੂੰ ਉਸਦੀ ਅਮਾਨਤ ਪਹੁੰਚਾਉਣੀ ਹੈ, ਤਾਂ ਉਸੇ ਵੇਲੇ ਮਹਿਲ ਵੱਲ ਨੂੰ ਦੌੜਿਆ। ਜਦੋਂ ਉਹ ਮਹਿਲ ਪਹੁੰਚਿਆ ਤਾਂ ਵੇਖਿਆ ਕਿ ਬਾਦਸ਼ਾਹ ਆਪਣੇ ਵਜ਼ੀਰਾਂ ਦੇ ਨਾਲ ਬਾਗ ਵਿੱਚ ਟਹਿਲ ਰਿਹਾ ਸੀ। ਹਾਸ਼ਮ ਨੇ ਬਾਦਸ਼ਾਹ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਦਸ਼ਾਹ ਨੇ ਕਿਹਾ, ਇਸ ਵਕਤ ਮੇਰੇ ਕੋਲ ਸਮਾਂ ਨਹੀਂ, ਤੂੰ ਬਾਅਦ ਵਿੱਚ ਆ ਜਾਈਂ। ਹਾਸ਼ਮ ਬੋਲਿਆ, ਜਨਾਬ ਮੇਰੇ ਕੋਲ ਇੱਕ ਅੰਗੂਠੀ ਹੈ ਜੋ ਤੁਹਾਡੇ ਲਈ ਭੇਜੀ ਗਈ ਹੈ। ਇਹ ਸੁਣਦੇ ਹੀ ਬਾਦਸ਼ਾਹ ਨੇ ਹਾਸ਼ਮ ਨੂੰ ਇਕਾਂਤ ਵਿੱਚ ਬੁਲਾਇਆ ਅਤੇ ਕਿਹਾ, ਦਿਖਾ ਜ਼ਰਾ ਇਹ ਕਿਹੜੀ ਅੰਗੂਠੀ ਹੈ। ਜਦੋਂ ਹਾਸ਼ਮ ਨੇ ਅੰਗੂਠੀ ਦਿਖਾਈ ਤਾਂ ਬਾਦਸ਼ਾਹ ਨੇ ਅੰਗੂਠੀ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਉਸਨੂੰ ਚੁੰਮਦਿਆਂ ਹੋਇਆ ਕਿਹਾ, ਤੈਨੂੰ ਇਹ ਅੰਗੂਠੀ ਕਿੱਥੋਂ ਮਿਲੀ? ਤੈਨੂੰ ਰੱਬ ਦਾ ਵਾਸਤਾ, ਮੈਨੂੰ ਇਸ ਅੰਗੂਠੀ ਵਾਲੇ ਕੋਲ ਲੈ ਚੱਲ। ਹਾਸ਼ਮ ਬੋਲਿਆ ਕਿ ਅੰਗੂਠੀ ਵਾਲੇ ਦਾ ਇੰਤਕਾਲ ਹੋ ਚੁੱਕਾ ਹੈ, ਅੱਜ ਹੀ ਬਗਦਾਦ ਦੇ ਗਰੀਬਾਂ ਨੇ ਉਸਨੂੰ ਦਫ਼ਨ ਕੀਤਾ ਹੈ। ਇਹ ਸੁਣਦੇ ਹੀ ਬਾਦਸ਼ਾਹ ਫੁੱਟ ਫੁੱਟ ਕੇ ਰੋਣ ਲੱਗਾ ਅਤੇ ਹਾਸ਼ਮ ਨੂੰ ਕਹਿਣ ਲੱਗਾ ਕਿ ਮੈਨੂੰ ਇਸ ਦੀ ਕਬਰ 'ਤੇ ਲੈ ਚੱਲ। ਬਾਦਸ਼ਾਹ ਨੰਗੇ ਪੈਰੀਂ ਬਗਦਾਦ ਦੀਆਂ ਗਲੀਆਂ ਵਿੱਚ ਦੌੜਦਾ ਹੋਇਆ ਨੌਜਵਾਨ ਦੀ ਕਬਰ 'ਤੇ ਜਾ ਕੇ ਲਿਪਟ ਗਿਆ ਅਤੇ ਰੋਂਦੇ ਹੋਏ ਕਹਿਣ ਲੱਗਾ, ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਪਰ ਤੂੰ ਨਹੀਂ ਮਿਲਿਆ, ਅਤੇ ਹੁਣ ਜਦੋਂ ਮਿਲਿਆ ਵੀ ਹੈ ਤਾਂ ਕਿਹੜੇ ਹਾਲ ਵਿੱਚ ਮਿਲਿਆ ਹੈ? ਹਾਸ਼ਮ ਨੇ ਪੁੱਛਿਆ, ਹਜ਼ੂਰ ਤੁਸੀਂ ਇਸ ਨੌਜਵਾਨ ਦੀ ਮੌਤ ਉੱਤੇ ਇੰਨਾ ਗਮਗੀਨ ਕਿਉਂ ਹੋ? ਤਾਂ ਬਾਦਸ਼ਾਹ ਬੋਲਿਆ, ਇਹ ਜੋ ਕਬਰ ਤੂੰ ਵੇਖ ਰਿਹਾ ਹੈ ਇਹ ਮੇਰੇ ਪੁੱਤਰ ਦੀ ਕਬਰ ਹੈ। ਦਰਅਸਲ ਇਹ ਬਚਪਨ ਤੋਂ ਹੀ ਇੱਕ ਬਜ਼ੁਰਗ ਦੇ ਕੋਲ ਜਾਂਦਾ ਸੀ ਅਤੇ ਸਾਰਾ ਦਿਨ ਰੱਬ ਦੀ ਇਬਾਦਤ ਵਿੱਚ ਗੁਜ਼ਾਰ ਦਿੰਦਾ ਸੀ। ਇਹਨੇ ਮੈਨੂੰ ਕਈ ਵਾਰ ਸਮਝਾਇਆ ਕਿ ਮੈਂ ਦੁਨੀਆ ਦੀ ਦੌਲਤ ਦੇ ਪਿੱਛੇ ਨਾ ਭੱਜਾਂ। ਕਈ ਵਾਰ ਇਸਨੇ ਮੈਨੂੰ ਨਸੀਹਤ ਦਿੱਤੀ ਕਿ ਜੇ ਮੈਂ ਇਸੇ ਤਰ੍ਹਾਂ ਦੁਨੀਆ ਦਾ ਧਨ ਜੋੜਦਾ ਰਿਹਾ ਤਾਂ ਉਹ ਮੈਨੂੰ ਛੱਡ ਕੇ ਚਲਾ ਜਾਵੇਗਾ। ਇਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਇੰਨੇ ਗੁਨਾਹ ਨਾ ਕਰੋ ਕਿ ਜਿਹਦਾ ਬਾਅਦ ਵਿੱਚ ਹਿਸਾਬ ਨਾ ਦੇ ਸਕੋ। ਪਰ ਮੈਂ ਇਹਦੀ ਇੱਕ ਨਾ ਸੁਣੀ। ਲੋਕ ਆਪਣੀ ਔਲਾਦ ਨੂੰ ਸਮਝਾਉਂਦੇ ਨੇ ਪਰ ਇੱਥੇ ਮੇਰੀ ਔਲਾਦ ਮੈਨੂੰ ਸਮਝਾ ਰਹੀ ਸੀ ਪਰ ਅਫਸੋਸ ਮੈਨੂੰ ਸਮਝ ਨਹੀਂ ਆਈ। ਫਿਰ ਮੈਨੂੰ ਇਸ ਦੀ ਸਜ਼ਾ ਮਿਲੀ ਅਤੇ ਇਸਨੇ ਮੈਨੂੰ ਛੱਡ ਦਿੱਤਾ ਅਤੇ ਗਰੀਬਾਂ ਵਾਂਗ ਜੀਣਾ ਸ਼ੁਰੂ ਕਰ ਦਿੱਤਾ। ਸੋ ਫਿਰ ਸਮਾਂ ਬੀਤਿਆ, ਬਾਦਸ਼ਾਹ ਬਹੁਤ ਸਮੇਂ ਤੱਕ ਉਸੇ ਬਜ਼ੁਰਗ ਨੂੰ ਲੱਭਦਾ ਰਿਹਾ ਅਤੇ ਆਖਿਰਕਾਰ ਉਸ ਚੁਰਾਹੇ 'ਤੇ ਉਸ ਦਰਖਤ ਦੇ ਕੋਲ ਬਜ਼ੁਰਗ ਨੂੰ ਖੜ੍ਹਾ ਪਾਇਆ। ਬਾਦਸ਼ਾਹ ਨੇ ਬਜ਼ੁਰਗ ਦੇ ਪੈਰਾਂ ਵਿੱਚ ਢਹਿ ਕੇ ਸੱਚੇ ਦਿਲ ਨਾਲ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਨੀਲਾ ਰੁਮਾਲ ਮੈਨੂੰ ਦੇ ਦਿਓ। ਅੱਜ ਤੋਂ ਬਾਅਦ ਮੇਰਾ ਬੇਟਾ ਜੋ ਕੰਮ ਛੱਡ ਕੇ ਗਿਆ ਸੀ ਮੈਂ ਖੁਦ ਉਸਨੂੰ ਜਾਰੀ ਰੱਖਾਂਗਾ। ਮੈਂ ਵਾਅਦਾ ਕਰਦਾ ਕਿ ਹਰ ਗਰੀਬ ਦੇ ਘਰ ਜਾ ਕੇ ਉਹਦੀ ਮਦਦ ਕਰਾਂਗਾ। ਦੋਸਤੋ, ਕਈ ਵਾਰ ਜੀਵਨ ਵਿੱਚ ਕੁਝ ਹਾਦਸੇ ਸਾਨੂੰ ਸਿੱਖਿਆ ਦੇ ਕੇ ਚਲੇ ਜਾਂਦੇ ਨੇ ਜਿਨ੍ਹਾਂ ਦਾ ਅਸਲ ਅਰਥ ਸਾਡੇ ਸਵਾਲਾਂ ਦੇ ਜਵਾਬ ਵਿੱਚ ਹੁੰਦਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀਅਤ ਦੀ ਸੱਚੀ ਪਰਖ ਧਨ ਦੌਲਤ ਨਾਲ ਨਹੀਂ ਹੁੰਦੀ, ਸਗੋਂ ਉਹਨਾਂ ਅਮਲਾਂ ਨਾਲ ਹੁੰਦੀ ਹੈ ਜੋ ਦੂਸਰਿਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰਦੇ ਨੇ। ਜਦੋਂ ਕਿਸੇ ਦਾ ਜੀਵਨ ਮਦਦ, ਸੇਵਾ ਅਤੇ ਭਰੋਸੇ ਦੀ ਮਿਸਾਲ ਬਣ ਜਾਂਦਾ ਹੈ ਤਾਂ ਉਹ ਸਿਰਫ ਇੱਕ ਇਨਸਾਨ ਨਹੀਂ, ਇੱਕ ਸਿਧਾਂਤ ਬਣ ਜਾਂਦਾ ਹੈ। ਇਸ ਕਹਾਣੀ ਦਾ ਸਾਰ ਇਹ ਹੈ ਕਿ ਅਸਲ ਮਹਾਨਤਾ ਪਦਵੀ ਜਾਂ ਅਹੁਦਿਆਂ ਵਿੱਚ ਨਹੀਂ ਹੁੰਦੀ, ਸਗੋਂ ਪਰਮਾਤਮਾ ਦੇ ਨੇੜੇ ਰਹਿਣ ਵਾਲੇ ਕੰਮਾਂ ਵਿੱਚ ਹੁੰਦੀ ਹੈ। ਅਸੀਂ ਅਕਸਰ ਰੋਜ਼ਾਨਾ ਜੀਵਨ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਣਦੇਖਾ ਕਰ ਜਾਂਦੇ ਹਾਂ ਪਰ ਇਹ ਛੋਟੇ ਅਮਲ ਹੀ ਕਿਸੇ ਦੇ ਜੀਵਨ ਨੂੰ ਬਦਲ ਸਕਦੇ ਨੇ। ਇਸ ਕਹਾਣੀ ਦੇ ਅੰਤ ਵਿੱਚ ਜਦੋਂ ਹਾਸ਼ਮ ਸਾਰੇ ਰਾਜ ਨੂੰ ਸਮਝਦਾ ਹੈ ਉਸਦੇ ਮਨ ਵਿੱਚ ਸਿਰਫ ਇੱਕ ਹੀ ਗੱਲ ਆਉਂਦੀ ਹੈ, ਕਰਮ ਕਰਨਾ ਬੰਦ ਨਹੀਂ ਕਰਨਾ, ਜੀਵਨ ਦੇ ਹਰ ਪਲ ਨੂੰ ਨੇਕੀ ਲਈ ਵਰਤਣਾ, ਭਾਵੇਂ ਉਹ ਛੋਟੀ ਜਿਹੀ ਮਦਦ ਹੀ ਕਿਉਂ ਨਾ ਹੋਵੇ। ਉਹ ਨੌਜਵਾਨ ਆਪਣੀ ਸੱਚਾਈ ਦੇ ਨਾਲ ਅੰਤਰਾਤਮਾ ਦੇ ਰੂਪ ਵਿੱਚ ਅਮਰ ਹੋ ਗਿਆ।
ਇਹ ਕਹਾਣੀ ਸਾਨੂੰ ਸੱਚਾਈ, ਨੇਕੀ ਅਤੇ ਸੇਵਾ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਹੁਣ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਕਿਵੇਂ ਇਸ ਸਿੱਖਿਆ ਨੂੰ ਲਾਗੂ ਕਰਦੇ ਹੋ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਅਤੇ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ।